ਹੈ ਵਧੀਆ ਤੁਸੀਂ ਸੁਣਾਓ ਕਿਦਾਂ ਜੀ ਬਹੁਤ ਵਧੀਆ ਤੇ ਵਧਾਈ ਦੇ ਪਾਤਰ ਹੋ ਧੰਨਵਾਦ ਜੀ ਮੈਂ ਜੀ ਬਹੁਤ ਵੱਡਾ ਤੁਹਾਡੀਆਂ ਅਰਦਾਸਾਂ ਨੇ ਜਿਹੜੀਆਂ ਪੂਰੀਆਂ ਹੋਈਆਂ ਨੇ ਔਰ ਰਲ ਮਿਲ ਕੇ ਸਾਰੇ ਬਾਹਰ ਦੇ ਮਾਰ ਰਹਿੰਦੇ ਲੋਕਾਂ ਨੇ ਆਪਣੀ ਮਿੱਟੀ ਦੇ ਮੋਹ ਦਾ ਕਰਜ਼ ਜਿਹੜਾ ਉਹ ਅਦਾ ਕੀਤਾ ਆ ਤਕਰੀਬਨ ਕਹਿ ਸਕਦੇ ਆ ਕਿ ਆਲਮੋਸਟ ਹਰ ਬੰਦੇ ਨੇ ਅਰਦਾਸ ਕੀਤੀ ਹੈ ਤੇ ਉਹਦੀ ਅਰਦਾਸ ਸਫਲ ਹੋਈ ਹਰ ਬੱਚਾ ਹਰ ਬਜ਼ੁਰਗ ਤੇ ਹਰ ਨੌਜਵਾਨ ਕਹੋ ਜੀ ਇਸ ਵਧਾਈ ਦੇ ਹੱਕਦਾਰ ਬਿਲਕੁਲ ਜੀ ਬਿਲਕੁਲ ਦੇਖੋ ਵੀ ਬੇਟਾ ਨੇ ਮੈਨੂੰ ਦੱਸਿਆ ਰਾਤੀ ਕਹਿੰਦਾ ਮੰਮੀ ਮੋਰਚਾ ਫਤਿਹ ਹੋ ਗਿਆ ਹੁਣ ਸਾਰੇ ਜਾਣੇ ਨਾ ਆਪਣੀ ਫੈਮਿਲੀ ਦੇ ਵਿੱਚ ਘਰ ਵਾਪਸ ਜਾ ਰਹੇ ਨੇ ਬਹੁਤ ਖੁਸ਼ੀ ਵਾਲਾ ਮੌਕਾ ਔਰ ਅਸੀਂ ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਹਾਂ ਰਾਤ ਦੇ 11 ਵਜੇ ਦੀ ਗੱਲ ਹੈ ਨਾ ਜੀ ਦੇਖੋ ਵੀ ਬੱਚੇ ਵੀ ਖੁਸ਼ ਨੇ ਹਨਾ ਆਪਣੇ ਕਿਉਂਕਿ ਇਹ ਦਰਦ ਸਮਝਦੇ ਨੇ ਉਹ ਸਾਰਾ ਉਹਨਾਂ ਦਾ ਜੀ 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 ਬਿਲਕੁਲ ਇਹ ਮੈਨੂੰ ਲੱਗਦਾ ਵੀ ਇਹ ਬਹੁਤ ਜਲਦੀ ਪਹਿਲਾਂ ਇਹ ਫੈਸਲਾ ਹੋ ਜਾਣਾ ਚਾਹੀਦਾ ਸੀਗਾ ਪਰ ਅੜਬਾਈ ਵਿੱਚ ਆਈ ਹੋਈ ਸੀਗੀ ਗਵਰਨਮੈਂਟ ਚਲੋ ਕਹਿੰਦੇ ਨੇ ਪਰ ਜਿੱਤ ਸੱਚ ਦੀ ਹੋਈ ਆ ਹੋਣੀ ਵੀ ਚਾਹੀਦੀ ਆ ਤੇ ਪਰਮਾਤਮਾ ਕਹੂੰਗੀ ਵੀ ਜਿਨ੍ਹਾਂ ਜਿਨ੍ਹਾਂ ਨੇ ਪਹਿਲਾਂ ਗਲਤੀਆਂ ਕੀਤੀਆਂ ਨੇ ਉਹ ਨੈਕਸਟ ਟਾਈਮ ਨਾ ਗਲਤੀਆਂ ਕਰਨ ਕਿਉਂਕਿ ਸੱਚ ਦੀ ਹਮੇਸ਼ਾ ਜਿੱਤ ਹੀ ਹੁੰਦੀ ਹੈ ਪਰ ਇਹ ਹੈ ਕਿ ਸਫ਼ਰ ਬਹੁਤ ਕੀਤਾ ਇਹਨਾਂ ਨੇ ਸਾਰੇ ਕਿਸਾਨਾਂ ਨੇ ਬਹੁਤ ਸਫ਼ਰ ਕੀਤਾ ਜਿਹੜੇ ਪਿੱਛੇ ਘਰ ਨੂੰ ਛੱਡ ਕੇ ਆਏ ਸੀਗੇ ਉਹਨਾਂ ਨੇ ਵੀ ਸਫ਼ਰ ਕੀਤਾ ਜਿਹੜੇ ਉੱਥੇ ਬਾਰਡਰ 'ਤੇ ਬੈਠੇ ਸੀਗੇ ਉੱਥੇ ਰਾਤ ਦਿਨ ਇੱਕ ਸਰਦੀਆਂ ਕਹਿੰਦੇ ਕੋ ਦੋ ਸਰ ਦੂਜੀ ਸਰਦੀ ਆ ਗਈ ਹੈ ਦੇਖੋ ਗਰਮੀਆਂ ਮੀਂਹ ਹਨੇਰੀ ਸਾਰਾ ਕੁਛ ਉਹਨਾਂ ਨੇ ਸਿਹਾ ਔਰ ਹੱਸ ਹੱਸ ਕੇ ਸਿਹਾ ਔਰ ਜਾਨਾਂ ਕਿੰਨੀਆਂ ਗਈਆਂ ਮੌਤਾਂ ਕਿੰਨੀਆਂ ਗਈਆਂ ਔਰ ਉਸ ਦਾ ਵੀ ਇਹਨਾਂ ਨੂੰ ਹਰਜਾਨਾ ਦੇਣਾ ਚਾਹੀਦਾ ਤੇ ਮੈਂ ਤਾਂ ਇਹ ਕਹਾਂਗੀ ਵੀ ਇਹ ਵਾਲਾ ਜਿਹੜਾ ਦਿਨ ਹੈ ਇਤਿਹਾਸ ਦੇ ਵਿੱਚ ਹੀ ਆਊਗਾ ਕਿਉਂਕਿ ਬਹੁਤ ਮਤਲਬ ਰੋਂਗਟੇ ਖੜੇ ਹੋਣ ਵਾਲੀ ਇਹ ਗੱਲਾਂ ਹੋਈਆਂ ਨੇ ਪਿਛਲੇ ਡੇਢ ਪੌਣੇ ਦੋ ਸਾਲ ਦੇ ਵਿੱਚ ਉੱਤੋਂ ਕੋਵਿਡ ਸੀਗਾ ਪਲੱਸ ਇਹ ਚੀਜ਼ ਦਿਲ ਨੂੰ ਹਿਲਾਉਣ ਵਾਲੀਆਂ ਸੀਗੀਆਂ ਪਰ ਚਲੋ ਕਹਿੰਦੇ ਨੇ ਕਿ ਪਰਮਾਤਮਾ ਦੀ ਕਿਰਪਾ ਹੋ ਗਈ ਹੈ ਆਪਾਂ ਸਾਰਿਆਂ ਤੇ ਉਹਨਾਂ ਉਹਨਾਂ ਫੈਮਿਲੀਜ਼ ਦੇ ਉੱਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਜਿਨ੍ਹਾਂ ਨੇ ਸਬਰ ਰੱਖਿਆ ਸਬਰ ਸੰਤੋਖ ਰੱਖ ਕੇ ਤੇ ਇੱਥੇ ਤੱਕ ਪਹੁੰਚੇ ਜੀ ਭੈਣ ਜੀ ਤੁਸੀਂ ਬੱਚਿਆਂ ਦੀ ਗੱਲ ਕੀਤੀ ਮੈਂ ਤੁਹਾਨੂੰ ਇੱਕ ਗੱਲ ਦੱਸਣ ਲੱਗਾ ਕੱਲ੍ਹ ਮੇਰੀ ਇੱਕ ਆਪਣੇ ਦੋਸਤ ਨਾਲ ਗੱਲ ਹੋ ਰਹੀ ਸੀ ਉਹਦਾ ਬੱਚਾ ਤਕਰੀਬਨ 10 ਕੁ ਸਾਲ ਦਾ ਆ ਤੇ ਬੇਟੀ 7 ਕੁ ਸਾਲ ਦੀ ਆ ਤੇ ਉਹ ਕਹਿੰਦਾ ਕਿ ਮੇਰੇ ਬੱਚੇ ਕਹਿਣ ਲੱਗੇ ਕਿ ਵੈਸੇ ਤੇ ਇਹ ਜਿਹੜੀ ਧਰਤੀ ਜਿੱਥੇ ਅੰਦੋਲਨ ਲੜਿਆ ਗਿਆ ਆ ਪਾਣੀਪਤ ਦੀਆਂ ਲੜਾਈਆਂ ਜਿਹੜੀਆਂ ਨੇ ਉਹ ਦੋਵੇਂ ਜਾਂ ਤਿੰਨ ਉੱਥੇ ਹੀ ਹੋਈਆਂ ਨੇ ਰਾਈਟ ਮਹਾਂਭਾਰਤ ਦੇ ਇਤਿਹਾਸ ਬਾਰੇ ਪੜ੍ਹਿਆ ਜਾਵੇ ਤੇ ਮਹਾਂਭਾਰਤ ਦਾ ਯੁੱਧ ਵੀ ਕਹਿੰਦੇ ਇੱਥੇ ਹੀ ਹੋਇਆ ਆ ਸੋ ਇਹ ਧਰਤੀ ਹੀ ਇਸ ਤਰ੍ਹਾਂ ਦੀ ਹੈ ਲੇਕਿਨ ਮੈਂ ਦੱਸਣ ਲੱਗਾ ਸੀ ਵੀ ਉਹ ਬੱਚੇ ਕਹਿਣ ਲੱਗੇ ਆਪਣੇ ਡੈਡੀ ਨੂੰ ਕਿ ਜਿੱਦਣ ਹੁਣ ਇੰਡੀਆ ਗਏ ਨਾ ਪਾਪਾ ਜੀ ਆਪਾਂ ਸਿੱਧੇ ਅੰਮ੍ਰਿਤਸਰ ਨਹੀਂ ਜਾਣਾ ਆਪਾਂ ਬੱਸ 'ਤੇ ਜਾਣਾ ਆ ਕਾਰ 'ਤੇ ਜਾਣਾ ਜਾਂ ਟੈਕਸੀ 'ਤੇ ਜਾਣਾ ਆ ਤੇ ਆਪਾਂ ਸਿੰਘੂ ਬਾਰਡਰ ਤੇ ਟਿੱਕਰੀ ਬਾਰਡਰ ਵੇਖ ਕੇ ਜਾਣਾ ਆ ਵੀ ਕਿਹੋ ਜਿਹਾ ਆ ਤੁਸੀਂ ਇਹ ਦੇਖੋ ਕਿ ਉਹ ਧਰਤੀ ਜਿੱਥੇ ਇਹੋ ਜਿਹੀਆਂ ਚੀਜ਼ਾਂ ਹੋ ਜਾਂਦੀਆਂ ਉਹ ਧਰਤੀ ਇਤਿਹਾਸਕ ਬਣ ਜਾਂਦੀ ਆ ਹੈ ਨਾ ਬੱਚਿਆਂ ਦੇ ਅੰਦਰ ਇੱਕ ਇਹ ਹੋ ਗਿਆ ਵੀ ਅਸੀਂ ਦੇਖਣਾ ਕਦੀ ਸਿੰਘੂ ਬਾਰਡਰ ਦਾ ਕਿਸੇ ਨੇ ਨਾਂ ਨਹੀਂ ਸੀ ਸੁਣਿਆ ਲੋਕੀ ਲੰਘਦੇ ਸੀ ਅਸੀਂ ਵੀ ਲੰਘ ਜਾਂਦੇ ਸੀ ਕਦੀ ਆਮ ਤੌਰ ਤੇ ਨਰੇਲਾ ਜਾਂ ਸਿੰਘੂ ਬਾਰਡਰ ਜਾਂ ਟਿੱਕਰੀ ਬਾਰਡਰ ਦਾ ਕਦੀ ਨਾਂ ਨਹੀਂ ਸੀ ਸੁਣਿਆ ਸੋ ਬੱਚਿਆਂ ਨੂੰ ਇਸ ਤਰ੍ਹਾਂ ਦੀ ਜਾਗਰਤੀ ਆਈ ਵੀ ਉਹ ਥਾਂ ਵੇਖਣੀ ਜਿੱਥੇ 378 ਦਿਨ ਕਿੱਦਾਂ ਲੋਕਾਂ ਨੇ ਆਪਣੇ ਕੱਟੇ ਨੇ ਤੁਸੀਂ ਦੂਜੀ ਗੱਲ ਕੀਤੀ ਸੀ ਕਿ ਮੌਸਮਾਂ ਦੀ ਮਾਰ ਮੈਨੂੰ ਯਾਦ ਹੈ ਕਿ ਇੱਕ ਵਾਰ ਇਹੀ ਦਸੰਬਰ ਦਾ ਮਹੀਨਾ ਸੀ ਤੇ 5 ਦਿਨ ਲਗਾਤਾਰ ਮੀਂਹ ਪਿਆ ਤੁਸੀਂ ਵੇਖੋ ਕਿ ਟੈਂਪਰੇਰੀ ਰਸੋਈਆਂ ਉਹ ਵੀ ਬੰਦ ਹੋ ਗਈਆਂ ਔਰ ਮੈਨੂੰ ਪਤਾ ਨਹੀਂ ਕਿ ਕਿੱਦਾਂ ਉਹਨਾਂ ਵਿਚਾਰਿਆਂ ਨੇ ਆਪਣੀ ਰੋਟੀ ਪਾਣੀ ਅੰਨ ਪਾਣੀ ਕੀਤਾ ਹੋਊਗਾ ਕਿੱਦਾਂ ਉਹ ਇਹਨਾਂ ਪੱਕੀਆਂ ਸੜਕਾਂ 'ਤੇ ਸੁੱਤੇ ਹੋਣਗੇ ਸੋ ਦੂਜੀ ਗੱਲ ਜਿਹੜੀ ਇੱਥੋਂ ਦੀ ਆ ਉਹ ਇਹ ਹੈ ਕਿ ਇੱਥੋਂ ਦੇ ਬੱਚੇ ਜਿਹੜੇ ਆ ਉਹ ਕਦੀ ਵੀ ਪਿਛਲੀ ਆਪਣੇ ਘਰ ਨੂੰ ਜਾਂ ਪਿਛਲੀ ਜ਼ਮੀਨ ਜਾਇਦਾਦ ਨੂੰ ਉਹ ਯਾਦ ਨਹੀਂ ਸੀ ਕਰਦੇ ਉਹ ਕਹਿੰਦੇ ਸੀ ਸਾਡਾ ਜਨਮ ਇੱਥੇ ਹੋਇਆ ਅਸੀਂ ਇੱਥੇ ਰਹਿਣਾ ਆ ਔਰ ਇਸ ਅੰਦੋਲਨ ਨੇ ਜਿੱਦਾਂ ਬਾਕੀ ਕਮਿਊਨਿਟੀ ਦੇ ਬਾਕੀ ਲੋਕਾਂ ਨੇ ਜਿੱਦਾਂ ਤੁਹਾਡੇ ਬੱਚੇ ਵੀ ਅੱਛੀਆਂ ਜੋਬਾਂ 'ਤੇ ਕੰਮ ਕਰਦੇ ਪੜ੍ਹੇ ਲਿਖੇ ਉਹਨਾਂ ਦੇ ਬਾਕੀ ਕਮਿਊਨਿਟੀ ਦੇ ਜਿਹੜੇ ਫਰੈਂਡ ਆ ਨਾ ਉਹਨਾਂ ਨੇ ਵੀ ਹੈਸ਼ਟੈਗ ਕਰ ਕਰਕੇ ਇੰਸਟਾਗ੍ਰਾਮ ਦੇ ਉੱਤੇ ਟਵਿੱਟਰ ਦੇ ਉੱਤੇ ਤੁਹਾਨੂੰ ਉਹ ਜਦੋਂ ਪਾਇਆ ਨਾ ਅਤੇ ਉਹਨਾਂ ਨੂੰ ਵੀ ਆਪਣੀ ਮਿੱਟੀ ਨਾਲ ਮੋਹ ਹੋਇਆ ਉਹਨਾਂ ਨੂੰ ਵੀ ਪਤਾ ਲੱਗਾ ਕਿ ਨਹੀਂ ਸਾਡੀ ਵਿਰਾਸਤ ਉੱਥੇ ਪਈ ਹੈ ਸੋ ਤਕਰੀਬਨ ਹਰ ਘਰ ਦੇ ਬੱਚੇ ਨੂੰ ਇਸ ਅੰਦੋਲਨ ਨੇ ਇਹ ਯਾਦ ਕਰਵਾ ਦਿੱਤਾ ਕਿ ਤੁਹਾਡੀਆਂ ਜੜ੍ਹਾਂ ਜਿਹੜੀਆਂ ਨੇ ਉਹ ਇੰਡੀਆ 'ਚ ਹੈ ਨਹੀਂ ਤਾਂ ਇੱਥੋਂ ਦੇ ਬੋਰਨ ਬੱਚੇ ਜਿਹੜੇ ਸੀ ਉਹ ਜ਼ਿਆਦਾ ਹੁਣ ਇਹੀ ਕਹਿਣ ਲੱਗ ਪਏ ਸੀ ਵੀ ਪਾਪਾ ਜੀ ਜੋ ਕੁਛ ਉੱਥੇ ਹੈਗਾ ਆ ਉਹਨੂੰ ਜਾਂ ਵੇਚ ਦਿਓ ਅਤੇ ਜਾਂ ਚਾਚੇ ਤਾਇਆਂ ਨੂੰ ਦੇ ਦਿਓ ਮਤਲਬ ਸਾਨੂੰ ਉਹਦੇ ਨਾਲ ਕੋਈ ਕੰਸਰਨ ਨਹੀਂ ਹੈ ਲੇਕਿਨ ਇਹ ਹੈ ਕਿ ਹੁਣ ਇਉਂ ਲੱਗਦਾ ਕਿ ਉਹਨਾਂ ਨੂੰ ਆਪਣੀ ਮਿੱਟੀ ਨਾਲ ਦੁਬਾਰਾ ਮੋਹ ਜਾਗਿਆ ਔਰ ਤੁਹਾਨੂੰ ਆਪਣੇ ਫਿਰ ਇੱਕ ਵਾਰ ਮਤਲਬ ਇਹ ਕਹਿ ਲਓ ਕਿ ਉਹ ਵੀ ਦੇਸ਼ ਤੁਹਾਡਾ ਅਤੇ ਆਹ ਵੀ ਦੇਸ਼ ਤੁਹਾਡਾ ਇਹ ਤੁਹਾਡੀ ਕਰਮ ਭੂਮੀ ਹੈ ਅਤੇ ਉਹ ਤੁਹਾਡੀ ਜਨਮ ਭੂਮੀ ਰਸਮ ਰਹਿੰਦੇ ਜਿੱਥੇ ਮਰਜ਼ੀ ਇਹ ਪਰ ਬੱਚਿਆਂ ਨੇ ਇਹ ਪਤਾ ਲੱਗਾ ਨਾ ਜਿਹੜੀ ਫਾਰਮਰ ਦੀ ਲਾਈਫ ਆ ਉਹ ਕਿਹੜੇ ਕਿਹੜੇ ਦੁੱਖਾਂ 'ਚੋਂ ਕਿਹੜੇ ਔਖੇ ਸਮੇਂ 'ਚੋਂ ਨਿਕਲ ਕੇ ਨਿਕਲਦੀ ਹੈ ਮੇਰੇ ਨਾ ਕੰਮ ਦੇ ਉੱਤੇ ਇੱਕ ਗੋਰਾ ਹੈ ਨਾ ਉਹਦਾ ਸ਼ੌਨ ਹੈ ਠੀਕ ਹੈ ਅਤੇ ਉਹ ਇੱਕ ਦਿਨ ਆਇਆ ਮੇਰੇ ਕੋਲ
ਤੇ ਉਹ ਮੈਨੂੰ ਕਹਿੰਦਾ ਤੁਹਾਡੇ ਨਾ ਗੱਡੀਆਂ ਤੇ ਨੋ ਫਾਰਮਰ ਨੋ ਫੂਡ ਲਿਖਿਆ, ਤੁਸੀਂ ਸਪੋਰਟ ਕਰਦੇ ਹੋ? ਮੈਂ ਕਿਹਾ ਯੈਸ ਮੈਂ ਸਪੋਰਟ ਕਰਦਾ ਹਾਂ। ਤੇ ਮੇਰੇ ਨਾਲ ਹੀ ਕੋਈ ਬੰਦਾ ਹੋਰ ਖੜਾ ਸੀ, ਉਹ ਕਹਿੰਦਾ ਮੈਂ ਨਹੀਂ ਕਰਦਾ। ਮੈਂ ਕਿਹਾ ਉਹ ਕਹਿੰਦਾ ਇਹ ਕਿਉਂ ਨਹੀਂ ਕਰਦਾ? ਮੈਂ ਕਿਹਾ ਇਹ ਬਿਜ਼ਨਸਮੈਨ ਹੋਏਗਾ ਜਾਂ ਇਹਦੀ ਕੋਈ ਆਪਣੀ ਸੋਚ ਹੈ, ਪਰ ਮੈਂ ਕਰਦਾ ਹਾਂ। ਉਹਨੇ ਮੈਨੂੰ ਇੱਕ ਬਾਅਦ 'ਚ ਗੱਲ ਦੱਸੀ, ਕਹਿੰਦੇ ਮੇਰੇ ਫਾਦਰ ਨੂੰ ਲੋਕੀ ਹੁਣ ਇੱਜ਼ਤ ਦੀ ਨਿਗਾਹ ਨਾਲ ਦੇਖਣ ਲੱਗ ਪਿਆ, ਕਿਉਂਕਿ ਉਹਨਾਂ ਨੂੰ ਪਤਾ ਲੱਗਾ ਕਿ ਕਹਿੰਦੇ ਬਾਹਲੇ ਲੋਕਾਂ ਨੂੰ ਜਿਹੜੇ ਇੱਦਾਂ ਸ਼ਹਿਰਾਂ 'ਚ ਜਨਮ ਲੈਂਦੇ ਆ, ਸ਼ਹਿਰਾਂ 'ਚ ਹੀ ਵੱਡੇ ਹੁੰਦੇ ਆ, ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਸਾਡੀ ਟੇਬਲ ਦੇ ਉੱਤੇ ਰੋਟੀ ਜਿਹੜੀ ਆ ਉਹ ਕਿੱਥੇ ਉੱਗਦੀ ਆ, ਕੌਣ ਤਿਆਰ ਕਰਦਾ, ਕਿੰਨੀ ਮਿਹਨਤ ਲੱਗਦੀ ਆ। ਤਾਂ ਹੀ ਕਹਿੰਦੇ ਕਿ ਜਿਸ ਵੇਲੇ ਅਸੀਂ ਟੇਬਲ 'ਤੇ ਰੱਖ ਕੇ ਤੁਹਾਡੇ ਸਾਹਮਣੇ ਰੋਟੀ ਆਉਂਦੀ ਆ ਨਾ, ਤਿੰਨ ਚੀਜ਼ਾਂ ਦਾ ਧੰਨਵਾਦ ਕਰੋ ਤੁਸੀਂ ਉਸ ਵੇਲੇ। ਪਹਿਲੀ ਉਗਾਉਣ ਵਾਲੇ ਦਾ, ਜਿਹੜੀ ਸਭ ਤੋਂ ਵੱਡੀ ਮਿਹਨਤ ਹੁੰਦੀ ਆ, ਦੂਸਰਾ ਉਗਾ ਕੇ ਉਸ ਨੂੰ ਬਣਾਉਣ ਵਾਲੇ ਦਾ, ਤੇ ਤੀਸਰਾ ਉਸ ਪਰਮਾਤਮਾ ਦਾ ਜਿਹਨੇ ਤੁਹਾਨੂੰ ਉਹ ਰੋਟੀ ਦੇ ਕਾਬਲ ਬਣਾਇਆ ਆ ਖਾਣ ਲਈ। ਸੋ ਜਿਸ ਵੇਲੇ ਖਾਣਾ ਤੁਹਾਡੇ ਟੇਬਲ 'ਤੇ ਆਉਂਦਾ ਆ, ਉਸ ਖਾਣੇ ਦੇ ਅੱਗੇ ਜ਼ਰੂਰ ਉਹਨੂੰ ਮੱਥੇ ਨਾਲ ਲਾਇਆ ਕਰੋ, ਕਿਉਂਕਿ ਉਸ ਵੇਲੇ ਧੰਨਵਾਦ ਤੁਸੀਂ ਤਿੰਨਾਂ ਬੰਦਿਆਂ ਦਾ ਕਰ ਰਹੇ ਹੁੰਦੇ ਹੋ, ਉਗਾਉਣ ਵਾਲੇ ਦਾ, ਬਣਾਉਣ ਵਾਲੇ ਦਾ, ਅਤੇ ਪਰਮਾਤਮਾ ਵੱਲੋਂ ਦਿੱਤੀ ਦੇਣ ਵਾਲੇ ਦਾ, ਜਿਹਨੇ ਰੱਬ ਨੇ ਤੁਹਾਨੂੰ ਇਹ ਦਿੱਤੀ ਹੈ। ਸੋ ਅੱਜ ਸਾਡੇ ਭੈਣ ਜੀ ਕੀ ਸੁਣਾ ਰਹੇ ਆ ਜੀ? ਹਾਂਜੀ, ਮੈਂ ਸੁੰਦਰ ਕੌਰ ਜੀ ਦਾ ਗਾਣਾ ਸੁਣਾਵਾਂਗੀ, ਫੋਕ ਸੌਂਗ। ਠੀਕ ਹੈ ਜੀ, ਮੋਸਟ ਵੈਲਕਮ। ਵੇਲੇਦਾਰ ਆਪਣੇ ਦਾ ਕਿਸ ਕੁੰਡਾ ਖੜਕਾਇਆ। ਠੀਕ ਹੈ ਜੀ। ਦੀਵਿਆਂ ਵੇਲੇ ਦਾਰ ਆਪਣੇ ਦਾ ਕਿਸ ਕੁੰਡਾ ਖੜਕਾਇਆ, ਨੀ ਉੱਠ ਵੇਖ ਨਨਾਨੇ ਕੌਣ ਪਰੋਣਾ ਆਇਆ, ਨੀ ਉੱਠ ਵੇਖ ਨਨਾਨੇ ਕੌਣ ਪਰੋਣਾ ਆਇਆ, ਨੀ ਉੱਠ ਵੇਖ ਨਨਾਨੇ ਫੁੱਲਾਂ ਵਰਗੀ ਮਹਿਕ ਜਹੀ ਕੀ ਵੀਹ ਵਿੱਚੋਂ ਆਵੇ, ਰਾਤ ਵਾਲਾ ਰੱਬ ਕਰਕੇ ਨੀ ਸੁਪਨਾ ਸੱਚਾ ਹੋ ਜਾਵੇ, ਚੁੱਲ੍ਹੇ ਮੋਰੇ ਬੈਠੀ ਦਾਨੀ ਮੇਰਾ, ਚੁੱਲ੍ਹੇ ਮੋਰੇ ਬੈਠੀ ਦਾਨੀ ਮੇਰਾ, ਅੰਗ ਅੰਗ ਨਸ਼ੇ ਆਇਆ, ਨੀ ਉੱਠ ਵੇਖ ਨਨਾਨੇ ਕੌਣ ਪਰੋਣਾ ਆਇਆ, ਨੀ ਉੱਠ ਵੇਖ ਨਨਾਨੇ ਨਣ ਦੇ ਨੀ ਬੀਬੀਏ ਨਣ ਦੇ ਬਿੜਕ ਪੈਰਾਂ ਦੀ ਆਈ, ਇਉਂ ਜਾ ਪੇ ਨੀ ਬਾਹਰ ਖਲੋਤਾ ਚੰਨ ਵਰਗਾ ਤੇਰਾ ਪਾਈ, ਮੇਰਾ ਨਾਂ ਲੈ ਕੇ ਨੀ ਮੈਨੂੰ, ਮੇਰਾ ਨਾਂ ਲੈ ਕੇ ਨੀ ਮੈਨੂੰ ਕਿਸਨੇ ਹੋਰ ਬੁਲਾਇਆ, ਨੀ ਉੱਠ ਵੇਖ ਨਨਾਨੇ ਕੌਣ ਪਰੋਣਾ ਆਇਆ, ਨੀ ਉੱਠ ਵੇਖ ਨਨਾਨੇ ਪੁੱਲ ਪੁਲੇਖੇ ਸ਼ੀਸ਼ੇ ਮੋਰੇ ਜਦ ਬੈਠਾ ਮੈਂ ਜਾ ਕੇ, ਪੁੱਠੀਆਂ ਸਿੱਧੀਆਂ ਗੱਲਾਂ ਨੀ ਪਾ ਲੈਂਦੀਆਂ ਕੇਰਾ ਆ ਕੇ, ਬਰਸੋਂ ਰੋਂਦੀਆਂ ਰੀਝਾਂ ਨੂੰ ਮੈਂ, ਬਰਸੋਂ ਰੋਂਦੀਆਂ ਰੀਝਾਂ ਨੂੰ ਮੈਂ, ਲਾਰਿਆਂ ਨਾਲ ਮਨਾਇਆ, ਨੀ ਉੱਠ ਵੇਖ ਨਨਾਨੇ ਕੌਣ ਪਰੋਣਾ ਆਇਆ, ਨੀ ਉੱਠ ਵੇਖ ਨਨਾਨੇ ਕੌਣ ਪਰੋਣਾ ਆਇਆ, ਨੀ ਉੱਠ ਵੇਖ ਨਨਾਨੇ। ਥੈਂਕ ਯੂ ਸੋ ਮਚ ਭੈਣ ਜੀ, ਬਹੁਤ ਹੀ ਲਗਨ ਨਾਲ ਤੁਸੀਂ ਗੀਤ ਗਾਇਆ ਔਰ ਬੜਾ ਮਜ਼ਾ ਆਇਆ ਸਾਨੂੰ ਸੁਣ ਕੇ। ਪਿੰਨ ਡਰੋਪ ਸਾਇਲੈਂਸ ਸੀ ਸਾਡੇ ਸਟੂਡੀਓ ਦੇ ਵਿੱਚ ਜਿੰਨਾ ਤੁਸੀਂ ਗਾ ਰਹੇ ਸੀ, ਆਲਵੇਜ਼ ਬਹੁਤ ਅੱਛਾ ਗਾਉਂਦੇ ਹੋ। ਪਰਮਾਤਮਾ ਤੁਹਾਨੂੰ ਇਸੇ ਤਰ੍ਹਾਂ ਹੀ ਲੋਕਾਂ ਦਾ ਮਨੋਰੰਜਨ ਕਰਨ ਲਈ ਚੜ੍ਹਦੀ ਕਲਾ ਬਖਸ਼ੇ। ਥੈਂਕ ਯੂ ਸੋ ਮਚ ਕਾਲ ਕਰਨ ਲਈ। ਥੈਂਕ ਯੂ ਜੀ ਸਰ। ਥੈਂਕ ਯੂ, ਬਹੁਤ ਬਹੁਤ ਧੰਨਵਾਦ।